ਸੰਗਤ ਬਹੁਤ ਸ਼ਰਧਾ ਭਾਵ ਨਾਲ ਸੇਵਾ ਕਰਨ ਆਈ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਅਜਮੇਰ ਸਿੰਘ ਦੀਬਾ ਅੱਛ ਜੀ ਪਹੁੰਚੇ ਹਾਂ ਪਿੰਡ ਦਹੜੂ ਜਿੱਥੇ ਗੰਗੇਸ਼ਵਰ ਸਰ ਕੁਟੀਆ ਬਣ ਰਹੀ ਹੈ ਅਤੇ ਸੰਗਤਾਂ ਦੀ ਨਿਰੰਤਰ ਸੇਵਾ ਕਰ ਰਹੇ ਹਨ। ਕਿਤੇ ਬਿਲਡਿੰਗ ਵੀ ਬਣ ਕੇ ਤਿਆਰ ਹੋ ਗਈ ਹੈ ਅਤੇ ਚਾਰ ਦੀਵਾਰੀ ਵੀ ਦੀ ਵੀ ਸੇਵਾ ਚੱਲ ਰਹੀ ਹੈ ਅਤੇ ਇੱਕ ਸੰਗਤਾਂ ਲਈ ਅਤੇ ਲੰਗਰ ਹਾਲ ਵੀ ਬਣ ਰਿਹਾ ਅਤੇ ਤੁਹਾਨੂੰ ਦਿਖਾਉਂਦੇ ਹਾਂ ਇਸ ਵੀਡੀਓ ਪੂਰੀ ਤੁਸੀਂ ਜੁੜੇ ਰਹੋ ਇਸ ਵੀਡੀਓ ਨਾਲ।
ਸੰਗਤ ਆਈ ਹੋਈ ਹੈ, ਸੰਗਤ ਬਹੁਤ ਸ਼ਾਹ ਨਾਲ ਸੇਵਾ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਰਾਂਡੇ ਤੋਂ ਲੈ ਕੇ ਬਾਥਰੂਮਾਂ ਤੱਕ ਸ਼ੈੱਡ ਬਣ ਜੂਗਾ ਅਤੇ ਲੰਗਰ ਹਾਲ ਵਾਸਤੇ ਵੀ ਕੋਰਨਰ 'ਚ ਇੱਕ ਸ਼ੈੱਡ ਬਣ ਜੂਗਾ ਅਤੇ ਬਾਕੀ ਸੰਗਤ ਸਾਰੀ ਬਹੁਤ ਸ਼ਾਹ ਨਾਲ ਸੇਵਾ ਕਰਦੀ ਹੈ। ਮਾਤਾ ਜੀ ਆਉਣਗੇ ਆਪਣੇ ਕਰਤੱਵਾਂ ਦੇ ਨਾਲ, ਜਿੱਥੇ ਦਰਬਾਰ ਸਾਹਿਬ ਬਣਨਾ ਉੱਥੇ ਨਿਸ਼ਾਨਦੇਹ ਹੀ ਕਰਨਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਸਾਰਾ ਕੁਛ ਹੋ ਜਾਣਗੇ। ਇਹ ਸੀ ਸਾਡੀ ਅੱਜ ਦੀ ਵੀਡੀਓ, ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ। ਜੇਕਰ ਸਾਡੇ ਚੈਨਲ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਮਿਲਦਾ ਜਲਦ ਕਿਸੇ ਹੋਰ ਵੀਡੀਓ ਨਾਲ। ਵੀਡੀਓ ਦੇਖਣੀ ਤੁਹਾਡਾ ਬਹੁਤ ਬਹੁਤ ਧੰਨਵਾਦ।